ਇਸ ਹਾਕ ਸਾਹਿਬ ਅੰਦਾ ਸ਼ੁਕਰੀਆ ਬਸ ਲਿਖੀ ਸੀ ਅੱਜ ਇੰਗਲੈਂਡ ਲੋਕ ਅਕਸਰ ਕਜ਼ਨ ਨਾਲ ਵਿਆਹ ਕਰਕੇ ਆਂਦੇ ਨੇ ਤੇ ਸਾਡੇ ਮੁਲਕ ਵਿੱਚ ਕੜਮਸ ਪਾਉਂਦੇ ਨੇ ਲੇਕਿਨ ਤੁਸੀਂ ਵਖਰੀ ਨੈਬ ਨਾਲ ਇੱਥੇ ਛੁਪਨ ਛੁਪਾਈ ਲਈ ਹੋਈ ਹੈ ਤੇ ਇੱਥੇ ਛੁਪੇ ਹੋਏ ਬਸ ਫਿਰ ਇਸ ਇੰਟਰਵਿਊ ਦੇ ਬਾਅਦ ਸਮਝੋ ਫੜਿਆ ਗਿਆ ਤੁਹਾਡੀਆਂ ਪ੍ਰਾਪਰਟੀਆਂ ਕਿੰਨੀਆਂ ਨੇ ਸਰ ਮੇਰੀ ਇੱਕ ਟਾਂਗ ਨਕਲੀ ਹੈ ਮੈਂ ਹੌਕੀ ਦਾ ਬਹੁਤ بڑا ਖਿਡਾਰੀ ਨਹੀਂ ਨਹੀਂ ਜੋ ਪੁੱਛਿਆ ਤੁਸੀਂ ਉਹਦਾ ਜਵਾਬ ਸਰ ਇਹ ਸਵਾਲ ਸਿਲੇਬਸ ਵਿੱਚ ਨਹੀਂ ਥਾ ਨਾ ਤੁਸੀਂ ਕੁਝ ਹੋਰ ਪੁੱਛੋ ਹੋਰ ਸੁਣਾ ਫਿਰ ਠੀਕ ਠਾਕ ਤੁਸੀਂ ਸਾਨੂੰ ਚਾਹ ਮੰਗਾਵਾ ਨਾਲ ਬਿਸਕਟ ਵੀ ਲੱਗਦਾ ਖਾਣ ਦੇ ਬੜੇ ਸ਼ੌਕੀਨ ਹੋ ਤੁਸੀਂ ਮੁਲਕ ਵੀ ਇੰਜ ਖਾਦਾ ਸੀ ਦੇਖੋ ਸਵਾਲ ਦਾ ਜਵਾਬ ਦਿਓ ਨਹੀਂ ਤੇ ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇਣਾ ਮੈਂ ਗਰੀਬ ਹੂੰ ਮੇਰੇ ਮਾਪੇ ਨੇ ਮੈਨੂੰ ਗਰੀਬ ਜਨਮ ਦਿਆ ਜੇ ਐਨੇ ਤੁਸੀਂ ਸਾਰੇ ਮਾਸੂਮ ਹੋ ਤੇ ਪਾਕਿਸਤਾਨ ਜਾ ਕੇ ਕੋਰਟ ਵਿੱਚ ਲੜੋ ਇੱਥੇ ਕਿਹੜੇ ਆਂਡਿਆਂ ਤੇ ਬੈਠੇ ਹੋਏ ਹੋ ਦੇਸੀ ਆਂਡਿਆਂ ਤੇ ਲੱਗਦਾ ਸੀ ਗੱਲ ਦਾ ਤੁਸੀਂ ਸਿੱਧਾ ਜਵਾਬ ਦੇਣਾ ਨਹੀਂ ਹੈ ਮੈਨੂੰ ਸਰ ਮੈਂ ਤੇ ਹਾਮਦ ਮੀਰ ਸਮਝ ਕੇ ਆਇਆ ਸੀ ਤੁਸੀਂ ਮੈਨੂੰ ਇੱਥੇ ਲੀਰੋ ਲੀਰ ਕਰਨ ਲੱਗ ਗਏ ਹੋ ਅੱਛਾ ਇਹ ਦੱਸੋ ਕਿ ਇਮਰਾਨ ਨੇ ਇੰਡੀਆ ਦਾ ਸਿਆਪਾ ਪੂਰੀ ਦੁਨੀਆ ਨੂੰ ਵਹਾਇਆ afghanistan ਤੇ americans ਦੀ ਡੀਲ ਵੀ ਕਰਾਈ ਚਾਈਨਾ ਨਾਲ ਵੀ ਵੱਖਰੀ ਸੈਟਿੰਗ ਚੱਲ ਰਹੀ ਹੈ ਬੋਏ ਦੀ ਇੰਨਾ ਕੁਝ ਚੰਗਾ ਹੋਣ ਦੇ ਬਾਵਜੂਦ ਉਹ ਕਿਹੜਾ ਕੀੜਾ ਹੈ ਜਿਹੜਾ ਤੁਹਾਨੂੰ ਚੈਨਲ ਬੈਨ ਨਹੀਂ ਦੇ ਰਿਹਾ ਬੜਾ ਵੱਡਾ ਇੱਕ ਬੜਾ ਵੱਡਾ ਕੀੜਾ ਸਾਰੇ ਇੰਟਰਵਿਊ ਪੂਰੀ ਦੁਨੀਆ ਵੇਖ ਰਹੀ ਏ ਕੋਈ ਐਸੀ ਗੱਲ ਜਿਹਦੇ ਨਾਲ ਤੁਹਾਡੀ ਕੋਈ ਰਹੀ ਸਹੀ ਇੱਜ਼ਤ ਬਚ ਜਾਏ ਤੇ ਕਰ ਲਓ ਇਹ ਇੰਟਰਵਿਊ ਜਨਾਬ ਇਹੋ ਦੀ ਸਾਜ਼ਿਸ਼ ਏ ਤੁਸੀਂ ਆਪਣੇ ਪੁਰਾਣੇ ਦਮਾਦ ਦੀ ਸਾਈਡ ਲੈ ਰਹੇ ਹੋ ਇਹ ਜੋ ਕਰਾ ਰਹੀ ਏ ਫੌਜ ਕਰਾ ਰਹੀ ਤੁਹਾਨੂੰ ਫੌਜ ਬੁਰੀ ਲੱਗਦੀ ਨਹੀਂ ਫੌਜ ਨਹੀਂ ਬਸ ਫਾਜੀ ਬੁਰਾ ਲੱਗਦਾ ਫਾਜੀ ਵੀ ਤੇ ਮਾਮਾ ਫੌਜ ਵਿੱਚ ਹੁੰਦਾ ਏ ਉਹ ਕਿਹੜਾ ਮौज ਵਿੱਚ ਹੁੰਦਾ ਸਾਡੇ ਸਾਰੇ ਮौज ਵਿੱਚ ਹੀ ਹੁੰਦੇ ਨੇ ਤੇ ਮਾਮਾ ਤੂੰ ਵੀ ਫੌਜ ਵਿੱਚ ਚਲੇ ਜਾਣਾ ਸੀ ਕਿੰਨੇ ਕਿਹਾ ਸੀ ਸਿਆਸਤ ਕਰੋ ਬਸਨ ਜੀ ਜਿਵੇਂ ਕਿਸੇ ਨੇ ਕਿਹਾ ਸੀ ਕਿ ਇੱਥੇ ਇੰਟਰਵਿਊ ਦੇਣ ਚਲਾ ਜਾ। ਨਹੀਂ ਤੂੰ ਵਾਪਸ ਕਿਉਂ ਨਹੀਂ ਜਾਂਦਾ? ਤੈਨੂੰ ਮਸਲਾ ਕੀ ਏ? ਮੈਂ ਬਿਮਾਰ ਹਾਂ। ਕੀ ਬਿਮਾਰੀ ਹੈ ਤੇ? ਹਾਜ਼ਮੇ ਦੀ। ਤੇ ਕੀ ਹਜ਼ਮ ਨਹੀਂ ਹੋ ਰਿਹਾ? ਜਿਹੜਾ ਪੈਸਾ ਖਾ ਬੈਠਾ। ਇਸਾਕ ਸਾਹਿਬ ਬਹੁਤ ਫਿੜਮੂ ਤੁਹਾਡੇ ਆਂਤ ਤੇ ਤੇ ਬਹੁਤ ਹੀ ਫਿੜਮੂ ਉਹਦਾ ਜਿੰਨੇ ਮੈਨੂੰ ਅੱਜ ਭੇਜਿਆ।